ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬੈਲਾ, ਤਹਿਸੀਲ ਤਰਨ ਤਾਰਨ ਅਤੇ ਜ਼ਿਲ੍ਹਾ ਵੀ ਤਰਨ ਤਾਰਨ। ਅੱਜ ਦੀ ਵੀਡੀਓ 'ਤੇ ਮੈਂ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆ। ਇੱਕ ਆਵਾਗਾ ਤੁਹਾਨੂੰ ਹੌਲੇ ਜਿਹੇ ਭਾਅ 'ਚ ਜਿਹੜੀ ਬੱਚੇ ਤੋਂ ਬਗੈਰ ਤੁਹਾਨੂੰ ਦਿਖਾਵਾਂਗੇ, ਇੱਕ ਆ ਤੋਕੜ ਗੱਬਣ ਤੁਹਾਨੂੰ ਚੈੱਕ ਪਾਸ ਦਿਖਾਉਣੀ ਆ, ਇੱਕ ਤੁਹਾਨੂੰ ਆ ਜਰਸੀ ਵੈਡ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਵੀਰ ਜੀ ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵੀਰ ਜੀ, ਠੀਕ ਠਾਕ। ਚਲੋ ਵਧੀਆ, ਠੀਕ ਠਾਕ ਹੀ ਚਾਹੀਦਾ ਜੀ। ਨਾਮ ਦੱਸ ਦੇ ਕਰੀ ਆਪਣਾ। ਨਾਮ ਪ੍ਰਗਟ ਸਿੰਘ ਜੀ, ਤੇ ਪਿੰਡ ਪਹਿਲਾ, ਹਾਂਜੀ, ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਤਰਨ ਤਾਰਨ ਜੀ। ਤੇ ਫੋਨ ਨੰਬਰ ਬੋਲ ਦੇ ਕਰੀ। 8720, ਹਾਂਜੀ, 7397। ਠੀਕ ਹੈ। ਅੱਜ ਕਿੰਨੀਆਂ ਆਪਣੇ ਕੋਲ ਫਿਰ? 3? ਹਾਂਜੀ 3 ਆ ਜੀ। ਠੀਕ ਹੈ। 2 ਆਪਣੇ ਕੋਲ ਗਾਵਾਂ ਤੇ 1 ਵੱਛੀ ਆ, ਹਨਾ? ਇੱਕ ਇਹ ਜੀ ਪਹਿਲਾਂ ਵੈੜਿਆ ਆਪਣੇ ਕੋਲ, ਇਹਦਾ ਟੀਕਾ ਭਰਾ ਤਾ ਅੱਜ। ਠੀਕ ਹੈ, ਚਲੋ ਪਹਿਲਾਂ ਆਪਾਂ ਤੋਕੜ ਗੱਬਣ ਦਿਖਾ ਦਈਏ ਫਿਰ। ਹਾਂਜੀ ਹਾਂਜੀ, ਇਹ ਤੋਕੜ ਗੱਬਣ ਆ ਜੀ। ਆ ਦੇਖ ਸਕਦੇ ਜਰਸੀ ਜਿਹਾ ਜਿਹੜੀ ਹੈ, ਸੋਹਣੀ ਵੈੜ ਆ, ਕਦ ਕਾਠ ਵੀ ਜਿਹੜਾ ਇਹਦਾ ਚੰਗਾ, ਅਤੇ ਬਾਕੀ ਥਾਣੇ ਦੇ ਕਰੀ ਲਾਗੇ ਨੂੰ ਦੇਖ ਸਕਦੇ ਜੀ। ਇਸ ਤਰ੍ਹਾਂ ਆਮ ਗਾਵਾਂ ਦੇ ਕੱਦ ਹੁੰਦੇ ਆ, ਸੋਹਣਾ ਕੱਦ ਆ ਜਿਹੜਾ। ਦੱਸੀਏ ਵਿੱਦੀ ਇਹਦੇ ਬਾਰੇ ਫਿਰ। ਇਹ ਵੀਰ ਜੀ ਇਹਨੂੰ 5ਵਾਂ ਮਹੀਨਾ ਲੱਗ ਜਾਣਾ ਵਾ ਭਲਕੇ। ਅੱਛਾ ਜੀ, 13 ਤਰੀਕ ਨੂੰ। 13 ਤਰੀਕ ਤੋਂ, ਅੱਜ 12 ਤਰੀਕ ਹੈ। ਹਾਂਜੀ, ਅੱਜ 12 ਭਲਕੇ 13 ਇਹ ਲੱਗ ਹੀ ਗਿਆ ਕਿ 5ਵਾਂ ਮਹੀਨਾ ਲੱਗ ਗਿਆ ਜੀ। ਹਾਂਜੀ, ਇਹ ਥੱਲੇ 7 ਕਿਲੋ ਦੁੱਧ ਆ। ਅੱਛਾ ਜੀ, ਹੈਗਾ ਪੱਕਾ ਦੁੱਧ 7 ਲੀਟਰ ਪੱਕਾ? ਠੀਕ ਹੈ। ਇਹ ਚੈੱਕ ਕਰਾਈ ਆ ਵੀ ਡਾਕਟਰ ਕੋਲੋਂ, ਅੱਜ ਹੀ ਲਿਆਣ ਕੇ 11 ਵਜੇ ਚੋਈ ਆ। ਅੱਛਾ, ਅੱਜ ਹੀ ਲਿਆਣ ਕੇ ਤੇ ਚੈੱਕ ਕਰਾਈ ਆ। ਠੀਕ ਹੈ, ਬਣਾਈ ਵੀਡੀਓ ਦੀ? ਇਹਦੀ ਵੀਡੀਓ ਬਣੀ ਆ ਜੀ, ਆਵੇ ਆਪਾਂ ਵੀਡੀਓ ਵਿਖਾਉਂਦੇ ਆ ਜੀ। ਵੀਡੀਓ ਲੱਭਣ ਦੇ ਵਿੱਚ ਨਹੀਂ, ਫੋਨ ਜ਼ਿਆਦਾ ਨਵਾਂ ਹੀ ਲਿਆ ਵਾ। ਨਵਾਂ ਹੀ ਲਿਆ ਜੀ। ਠੀਕ ਹੈ ਜੀ, ਇਹ ਆ ਵੇਖੋ ਜੀ। ਅੱਛਾ, ਇਸ ਆਹੀ ਗਾਂ ਜਿਹੜੀ ਅੱਜ ਹੀ ਚੈੱਕ ਕਰਾਈ? ਹਾਂਜੀ, ਅੱਜ ਚੈੱਕ ਕਰਾਈ ਹੈ ਜੀ। ਬਾਕੀ ਕੋਈ ਵੀਰ ਮੰਗਵਾਊਗਾ ਵੀਡੀਓ ਭੇਜ ਵੀ ਦੋਗੇ? ਮੈਂ ਨਾ ਜੀ ਜੋ ਮਰਜ਼ੀ, ਜਿੱਦਾਂ ਮਰਜ਼ੀ ਇੱਥੇ ਫੇਰ ਕਰਾਉਣੀ ਜੇ ਕਰਾ ਸਕਦਾ, ਜਿੱਦਾਂ ਮਰਜ਼ੀ ਕਰੋ। ਠੀਕ ਹੈ, ਆਪਦੇ ਘਰ ਜਾ ਕੇ ਅਗਲੇ ਦਿਨ ਕਰਾ ਲਏ ਭਾਵੇਂ ਜਾ ਕੇ। ਠੀਕ ਹੈ ਜੀ। ਹਾਂ, ਜਿਹੜੀ ਚੀਜ਼ ਸੁਣਨ ਵਾਲੀ ਹੈ ਸੁਣਨ ਵਾਲੀ ਕਵਾਂਗੇ। ਠੀਕ ਹੈ ਜੀ। ਹਾਂ ਦੇਖ ਸਕਦੇ ਆਹੀ ਵੈੜ ਆ ਜਿਹੜੀ, ਇਹ ਜਿਹੜੀ ਚੈੱਕ ਅੱਜ ਤੁਸੀਂ ਕਰਾਤੀ ਆ, ਹਨਾ? ਕਰਾਤੀ ਆ ਜੀ। ਤੇ 5ਵਾਂ ਮਹੀਨਾ ਲੱਗ ਗਿਆ ਇਹਨਾਂ ਨੂੰ? 5ਵਾਂ ਲੱਗ ਗਿਆ ਜੀ ਇਹਨੂੰ। ਠੀਕ ਹੈ, ਦੁੱਧ ਕਿੰਨਾ ਪੱਕਾ ਦੱਸਿਆ ਜੀ ਇਹਦੇ ਕੋਲ? ਇਹ ਥਲੇ 7 ਹੀ ਲਾਓ ਤੁਸੀਂ, ਦੁੱਧ ਤੇ ਵੱਧ ਆ ਤੇ ਚਲੋ ਚੈੱਕ ਚੁੱਕ ਕਰਾਈ ਕਿਸੇ ਵੇਲੇ ਡੰਗਰ ਥੋੜਾ ਬਹੁਤਾ ਫਰਕ ਪਾ ਜਾਂਦਾ। ਠੀਕ ਹੈ, 7 ਕਿਲੋ ਲਾਓ। ਖੋਲੋ ਹਾਂ ਫਿਰ ਤੋਰੀ ਇੱਕ ਵਾਰੀ। ਸੂਆ ਕਿੰਨਾ ਚਾਹੀਦਾ ਹੁਣ? ਇਹ ਗਾੜੀ ਪਹਿਲੇ ਆ ਤੇ ਗਾੜੀ ਦੂਜੇ ਗੱਬਣੇ ਆ, ਦੂਸਰੇ ਲਈ ਗੱਬਣ ਹੈ ਜਿਹੜੀ, ਤੇ ਸੂਆ ਜਿਹੜਾ ਹੁਣ ਇਹਦਾ ਪਹਿਲਾ। ਇਹ ਜਰਸੀ ਆ ਜੀ ਕਾਲੇ ਰੰਗ ਦੀ। ਬਾਕੀ ਦੁੱਧ ਦੀ ਆਪਣੀ ਚਵਾਈ ਕਰਕੇ ਖੜੋ, ਤੇ ਆਪ ਵੀ ਜਿਹੜੀ ਇੱਕ ਵਾਰੀ ਚੈੱਕ ਕਰਵਾ ਕੇ ਖੜੋ, ਜਿਹੜੀ ਮਨ ਨੂੰ ਤਸੱਲੀ ਹੋ ਜਾਂਦੀ ਹੈ ਪੂਰੀ। ਠੀਕ ਹੈ ਜੀ, ਹੈਗੀ ਜਿਹੜੀ ਠੰਡੀ ਧੀਰੀ ਆ। ਠੀਕ ਹੈ ਵੀਰ ਜੀ, 11 ਵਜੇ ਲਿਆ ਕੇ ਚੋਈ, 11:30 ਵਜੇ ਜੀ ਉਦੋਂ ਲਿਆਉਣ ਕੇ ਡਾਕਟਰ ਤੋਂ ਚੈੱਕ ਕਰਾਈ। ਠੀਕ ਹੈ, ਹਾਂਜੀ। ਮੁੱਲ ਫਿਰ ਦੱਸ ਦਈਏ ਵੀਰ ਜੀ ਇਹਦਾ? ਮੁੱਲ ਤਾਂ ਵੀਰ ਜੀ 24,000 ਕਰਦੇ ਹਾਂ। ਅੱਛਾ, ਬਾਕੀ ਦੇ ਦਾਂਗੇ ਜੀ 21,000 ਦੀ ਦੇ ਦਾਂਗੇ। ਅੱਛਾ, 21,000 ਦੀ ਦੇ ਦੋਗੇ, ਤੇ ਬਾਕੀ ਉਹ ਚ ਮਾਨਤਾਨ ਕਿ ਨਹੀਂ? ਹਾਂ, ਕੋਈ ਭੈਣ ਭਰਾ ਫੋਨ ਲਾਵੇ ਸੌਦਾ ਤੇ ਹੋ ਹੀ ਜਾਂਦਾ ਹੁੰਦਾ, ਮੁੜ ਕੇ ਵਾਧਾ ਘਾਟਾ ਚਲੋ ਥੋੜਾ ਬਹੁਤਾ ਆ ਜਾਊਗਾ। ਠੀਕ ਹੈ ਜੀ, ਫੋਨ ਲਾਵੇ ਕੋਈ। ਠੀਕ ਹੈ, ਤੇ ਹੁਣ ਜਿਹੜੀ ਇੱਕ ਹੋਰ ਆ ਵਾਲੀ, ਇਹ ਵੀ ਜਿਹੜੀ ਅਜੇ ਹੁਣੇ ਹੀ ਆਈ ਆ, ਇਹ ਵੀਰ ਜੀ ਹੁਣੇ ਚੋ ਕੇ ਲਿਆਂਦੀ ਜੀ। ਠੀਕ ਹੈ, ਹੁਣ ਇਹ ਜੇ ਗੱਡੀ 'ਚ ਇੱਥੇ ਸਾਡੇ ਹੁੰਦਿਆਂ ਹੀ ਲੱਥੀ ਆ ਜਿਹੜੀ ਇਹ ਵੀ। ਇਹ ਥਲੇ ਦੁੱਧ 7 ਕਿਲੋ ਜੇ। ਅੱਛਾ ਜੀ, ਆਪਾਂ ਹਲੇ 6-6.5-6 ਕਿਲੋ ਕਹਿ ਕੇ ਦੇਵਾਂਗੇ। ਇੱਕ ਮਿੰਟ, ਵੀਡੀਓ ਦਿਖਾਉਣ ਲੱਗੇ ਦੇ ਇਹਦਾ ਇਹਦਾ ਬੱਚਾ ਵਿਖਾਉਣਾ ਜੀ। ਠੀਕ ਹੈ, ਹੁਣ ਸਾਰਿਆਂ ਦੀਆਂ ਫਿਰ ਵੀਡੀਓ ਬਣਾ ਲੈਂਦੇ ਨਵੇਂ ਫੋਨ? ਨਹੀਂ, ਫੋਨ ਦੇ ਫਿਰ ਤੁਹਾਨੂੰ ਪਤਾ ਵੀਡੀਓ ਤਾਂ ਫਿਰ ਬਣਾਉਣੀਆਂ ਪੈਣੀਆਂ ਵਾ। ਹਾਂਜੀ ਹਾਂਜੀ, ਚਲੋ ਲੱਭ ਲਓ ਇੱਕ ਵਾਰੀ ਪਹਿਲਾਂ। ਅੱਛਾ, ਆ ਬੱਚਾ ਇਹਦਾ ਜੀ? ਇਹਦਾ ਮਗਰ ਬੱਚਾ ਜੇ, ਵੱਛਾ ਜੇ, ਵੱਛੀ ਆ। ਅੱਛਾ ਜੀ, ਵੱਛੀ ਗਈ ਮਾਰ। ਅੱਛਾ ਜੀ, ਤੇ ਆ ਮਗਰਲੇ ਘਰ ਦੀ ਜੀ, ਜਿਨ੍ਹਾਂ ਕੋਲ ਲਿਆਇਆ ਮੈਂ ਪਿੱਛੋਂ। ਹਾਂ, ਮਗਰਲੇ ਘਰੋਂ। ਠੀਕ ਹੈ ਜੀ। ਹਾਂ, ਉਹਨਾਂ ਮੇਰੇ ਕੋਲ ਲੈ ਲਈ ਆ ਵੱਡੀ, 15 ਕਿਲੋ ਵਾਲੀ ਗਾਂ ਖੜੀ ਅੱਜ। ਅੱਛਾ, ਆਹ ਤੁਸੀਂ ਦੱਸਣ ਦੇ ਕਿ ਸਵੇਰੇ ਇੱਕ ਵੱਡੀ ਵੀ ਹੈਗੀ ਆ। ਹਾਂ, ਵੱਡੀ ਤੁਹਾਨੂੰ ਦੱਸਿਆ ਸੀ ਹੈਗੀ, ਤੁਸੀਂ ਸਵੇਰੇ ਮੁੜ ਕੇ ਫਿਰ ਤੁਸੀਂ ਉੱਧਰ ਚਲ ਗਏ। ਅਸੀਂ ਅੱਜ ਕੰਮ ਹੀ, ਚਲੋ ਸਾਨੂੰ ਕਿਤੇ ਅੱਜ ਹੋਰ ਵੀ ਵੀਡੀਓ ਬਣਾਈਆਂ ਗਈਆਂ ਤੇ ਫਿਰ ਲੇਟ ਹੋ ਗਏ ਅਸੀਂ। ਅੱਛਾ, ਉਹ ਉੱਧਰ ਚਲ ਗਈ ਆ। 15 ਤੋਂ 20 ਦਿਨ ਲਾ ਲਓ ਸੂਈ ਨੂੰ ਹੋ ਗਏ ਹੋਣਗੇ। ਅੱਛਾ, ਤੇ ਦੁੱਧ ਦੇ ਥਲੇ 8-9 ਕਿਲੋ ਇਹਦੇ। ਪਰ ਇਹ ਆ ਵੀ ਥੋੜਾ ਜਿਹਾ ਬੱਚੇ ਮਰਨ ਕਰਕੇ ਘਟੀ ਆ। ਅੱਛਾ, ਹਾਂ, ਕਿੰਨਾ ਪੱਕਾ ਦੁੱਧ ਕਿੰਨਾ ਜੀ? ਦੁੱਧ 5.5 ਲਾਓ, 5 ਲਾ ਲਓ, 5.5 ਲਾ ਲਓ, ਇੱਥੇ ਗਿਆ। ਅੱਛਾ, ਦੁੱਧ 8-9 ਕਿਲੋ ਦਊਗੀ। ਅੱਛਾ, ਹੁਣ ਇਸ ਟਾਈਮ ਤੇ ਇੰਨਾ ਵਾ।
ਠੀਕ ਹੈ, ਮਤਲਬ ਕਿ ਕਿਸੇ ਵੇਲੇ ਦਾ ਚਾਹ ਪਾਣੀ ਦਾ ਸਾਰੀ ਜਾਊਗੀ। ਵਧੀਆ ਜੀ ਵਧੀਆ, ਸੱਜਰ ਆ ਇਹ ਆ ਵੀ ਹੈਗੀ ਸੱਜਰ ਆ, ਗਰੰਟੀ ਆ। ਅੱਛਾ, ਇਹ ਹੈ ਸੱਜਰ ਆ, ਸੱਜਰ ਆ ਜੀ, ਗਰਮੀਆਂ ਸਾਰ ਦੋਗੇ ਚਾਹ ਪਾਣੀ ਦਾ, ਹੈ ਨਾ। ਤੇ ਥਾਣੇ ਤੁਹਾਨੂੰ ਓਕੇ ਹੀ ਆ ਸਾਰੇ? ਇੱਕ ਥਾਂ ਤੇਲ ਆ ਜੀ ਇਹਦਾ। ਅੱਛਾ, ਇੱਕ ਥਾਂ, ਕਿਹੜੇ ਥਾਂ ਦੀ ਤਿੱਲੜ? ਇਹ ਮਗਰਲੇ ਥਾਂ ਦੀ। ਕਿਹੜੇ ਪਾਸੇ ਦੇ? ਆ ਵੀ ਉਰਲਾ ਜੀ। ਅੱਛਾ, ਬੈਣੀ ਵਾਲੇ ਪਾਸੇ। ਹਾਂ, ਬਾਕੀ ਚਵਾਈ ਚਵਾਈ ਇੱਕ ਨੰਬਰ ਹੋਊਗੀ, ਉਹ ਗਾਂ ਦੀ ਵੀ ਇੱਕ ਨੰਬਰ ਹੋਊ ਚਵਾਈ। ਠੀਕ ਹੈ, ਚਵਾਈ ਵਧੀਆ ਆਊਗੀ, ਬਾਕੀ ਕੋਈ ਫਿਰ ਵੀ ਤਸੱਲੀ ਕਰਕੇ ਖੜੇ। ਠੀਕ ਹੈ, ਚਵਾਈ ਵਧੀਆ ਸਾਰੀਆਂ। ਖੋਲੋ ਹਾਂ ਫਿਰ ਤੋਰੀ ਇੱਕ ਵਾਰੀ। ਸੂਆ ਕਿਨਵਾ ਵੀਰ ਜੀ ਇਹਦਾ? ਇਹ ਪਹਿਲਾਂ ਆ ਜੀ, ਇਹ ਦੱਦਾਂ ਦੇ ਹਲੇ ਬੈਠ। ਠੀਕ ਹੈ, ਬਾਕੀ ਉਂਝ ਕਹਿੰਦੇ ਕਿ ਇੰਨਾ ਹੈਗਾ ਕਿ ਤਾਜ਼ੀ ਸੂਈ ਆ। ਇਹ ਜੀ ਜਮਾਂਦਰੂ ਨਹੀਂ ਥਣ ਚੱਲਿਆ। ਅੱਛਾ, ਜਮਾਂਦਰੇ ਤੇ ਲੜਿਆ, ਜਮਾਂਦਰੂ ਨਹੀਂ ਚੱਲਿਆ ਸ਼ੁਰੂ ਤੋਂ ਹੀ, ਨਹੀਂ ਥਣ ਚੱਲਿਆ ਉਹਦਾ ਵਾਲਾ। ਬਾਕੀ ਦੁੱਧ ਮੌਕੇ ਤੇ ਹੁਣ ਜਿਹੜਾ 5-5.5 ਲੀਟਰ ਦੱਸਦੇ ਆ, ਬਾਕੀ ਚੋਗੇ ਲਿਆਂਦੀ ਜੀ ਉੱਥੋਂ ਆਇਆ ਨਿਚੋੜ ਕੇ। ਅੱਛਾ ਜੀ, ਹਾਂ ਹੁਣ ਚੋਈ ਆ ਇਹ ਬਿਲਕੁਲ। ਠੀਕ ਹੈ, ਬਾਕੀ ਚਲੋ ਜਿੰਨੇ ਵੀ ਖੜਨੇ ਆਪਣੀ ਚਵਾਈ ਕਰਕੇ ਖੜਨੇ ਕਰਕੇ ਖੜੇ ਕੋਈ ਕੇ। ਹਾਂਜੀ ਹਾਂਜੀ, ਮੈਂ ਕਿਹਾ ਕਿਸੇ ਵੇਲੇ ਭੈਣ ਭਰਾ ਕਹਿੰਦੇ ਚੱਡਾ ਨਹੀਂ ਹੈਗਾ। ਹਾਂਜੀ ਹਾਂਜੀ, ਚੋਈ ਦਾ ਕਰਕੇ ਹੁਣ ਚੱਡਾ ਤੁਹਾਨੂੰ ਪਤਾ ਕੀ ਹੋਣਾ। ਖਾਣੇ ਦੇ ਘਰੀ ਦੇ ਸਾਢੇ ਲੱਗ ਗਏ ਤਾਂ ਦੱਸਿਆ ਵੀਰ ਜੀ ਫਿਰ ਮੁੱਲ ਇਹਦਾ ਆਪਾਂ। ਮੁੱਲ ਤੇ ਵੀਰ ਭਾਜੀ ਭਾਵੇਂ 14-15 ਕਰਕੇ ਦੇ ਦਈਏ, 12,000 ਦੀ। 12,000 ਦੀ? ਹਾਂ, ਕਿੰਨਾ ਮਾਨ ਕਰੋਗੇ ਵਿੱਚ? ਬਾਕੀ ਦੁੱਧ 9-10 ਕਿਲੋ ਕਰ ਜੂਗਾ। ਅੱਛਾ, ਇਹ ਆ ਵੀ ਇਹ ਜਮਾਂਦਰੂ ਤਿੱਲੜ ਆਏ ਨਹੀਂ ਵੀ ਤਿੱਲੜ ਹੋਈ, ਜਮਾਂਦਰੂ ਤਿੱਲ ਆ। ਅੱਛਾ, ਤੇ ਇਹ ਆ ਵੀ ਬੱਚਾ ਮਾਰਨੇ ਕਰਕੇ ਥੋੜੀ ਜਿਹੀ ਘਟੀ ਆ। ਠੀਕ ਠੀਕ, ਮਾੜੀ ਜਿਹੀ ਔਲ ਕਰਦੀ ਆ। ਹਾਂਜੀ, ਉਹ ਵੀ ਮਾੜੀ ਜਿਹੀ, ਕੋਈ ਜ਼ਿਆਦਾ ਨਹੀਂ, ਕੋਈ ਗੱਲ ਨਹੀਂ ਆ। ਠੀਕ ਹੈ, ਉਤਰਾ ਸੋਈ ਨੂੰ ਕਿੰਨਾ ਕੁ ਚਿਰ ਹੋਇਆ? ਇਹਨੂੰ 20 ਦਿਨ ਲਾਓ ਤੁਸੀਂ, ਮਹੀਨੇ ਅੰਦਰ ਆ ਗਏ। ਹੁਣ ਮਤਲਬ ਇਹ ਇੰਨਾ ਹੈ ਕਿ ਤਾਜ਼ੀ ਸੋਈ? ਤਾਜ਼ੀ ਤਾਜ਼ੀ। ਠੀਕ ਹੈ, ਨਹੀਂ ਕੋਈ ਕਹਿ ਸਕਦਾ, ਇਹਨੂੰ ਟੋਕਣ ਨਹੀਂ ਕਹਿ ਸਕਦੇ, ਮਹੀਨੇ ਅੰਦਰ ਆ। ਠੀਕ ਹੈ, ਹਾਂ, ਤੇ 12,000 ਚ ਮਾਨਤਾ ਹੋ ਜਾਊਗਾ? ਕਰੂ ਕਰਾਂਗੇ ਜੀ ਮਾਨਤਾ, ਕੋਈ ਨਹੀਂ, ਫੋਨ ਲਾਵੇ ਕੋਈ ਭੈਣ ਭਰਾ ਕਰਾਂਗੇ। ਅੱਛਾ ਜੀ, ਬਾਕੀ ਇਹ ਕਿ ਚਲੋ ਕਿ ਵੀਰ ਦਾ ਚਾਹ ਪਾਣੀ ਤੇ ਸਾਰੀ ਜਾਊਗੀ। ਹੁਣ ਇੱਕ ਵੈਟ ਤੁਹਾਨੂੰ ਆ ਜਰਸੀ ਵੈਟ ਇੱਕ ਤੁਹਾਨੂੰ ਦਿਖਾਉਣੀ ਆ, ਕਾਫੀ ਖੂਬਸੂਰਤ ਵੈਟ ਆ ਜਿਹੜੀ। ਦੱਸਿਆ ਵਿਧੀ ਇਹਦੇ ਬਾਰੇ? ਇਹ ਵੀ ਪਹਿਲਾਂ ਵੈੜ ਆ ਜੀ, ਜਰਸੀ ਵੈੜ ਆ। ਅੱਛਾ ਜੀ, ਪਹਿਲਾਂ ਆ ਇਹ 15ਵਾਂ ਮਹੀਨਾ ਨੂੰ ਜਾਣ ਡਿਆ। ਅੱਛਾ, 15 ਮਹੀਨੇ ਦੀ ਹੋ ਗਈ ਆ? ਹਾਂ, 15 ਦੀ ਹੋ ਗਈ ਆ, ਤੇ ਇਹਨੂੰ ਟੀਕਾ ਅੱਜ ਮੈਂ ਭਰਾਤਾ ਜੀ। ਅੱਛਾ, ਇਹਦੀ ਵੀਡੀਓ ਰੱਖੀ ਆ? ਇਹਦੀ ਬਣਾਈ ਵੀਡੀਓ, ਨਾਲ ਹੀ ਸਾਰੇ ਪ੍ਰੂਫ ਰੱਖੇ ਆ। ਅੱਛਾ, ਸਾਰੇ ਹੁਣ ਕੰਮ ਪੱਕੇ ਹੀ ਕਰਨੇ ਆ ਕਿ? ਪੱਕੇ ਪੱਕੇ। ਤੇ ਬਾਕੀ ਚਲੋ ਜਿਹੜਾ ਕੋਈ ਵੀਰ ਨੂੰ ਪਸੰਦ ਆਊਗੀ ਉਹਨਾਂ ਵੀ ਵੀਡੀਓ ਭੇਜ ਦੋਗੇ ਤੁਸੀਂ, ਹੈ ਨਾ? ਜਿਹੜੀ ਮਰਜ਼ੀ, ਜਿਹੜੀ ਰੰਗਰ ਦੀ ਮਰਜ਼ੀ ਕਵੇ ਉਹਦੀ ਵੀਡੀਓ ਪਾਵਾਂਗੇ ਕਿ? ਠੀਕ ਹੈ ਜੀ, ਜਿਹਦੀ ਕੋਈ ਕਹੂਗਾ ਵੀ ਸਾਨੂੰ ਵੀਡੀਓ ਚਾਹੀਦੀ ਆ। ਆ ਵੇਖੋ ਜੀ ਟੀਕਾ ਭਰਨ ਡਿਆ ਡਾਕਟਰ, ਅੱਜ ਹੀ ਭਰਾਇਆ ਇਹਨਾਂ ਵੀ ਟੀਕਾ? ਇਹਨੂੰ ਅੱਜ ਭਰਾਇਆ ਜੀ। ਠੀਕ ਹੈ ਜੀ, ਤੁਹਾਡੇ ਘਰੇ ਹੀ ਭਰਾਇਆ ਜੀ? ਆਪਣੇ ਘਰ ਜੀ, ਆਪਣੇ ਘਰ। ਠੀਕ ਹੈ ਜੀ, ਇਹਦਾ ਹੁਣੇ ਮੂੰਹ ਸਿਰ ਵੀ ਆਊਗਾ, ਸਭ ਕੁਝ ਆਊਗਾ। ਅੱਛਾ ਜੀ, ਆ ਦੇਖ ਸਕਦੇ ਜੀ ਆਹ ਜਿਹੜੀ ਵੀਡੀਓ ਆ, ਅੱਜ ਹੀ ਟੀਕਾ ਜਿਹੜਾ ਕਹਿੰਦੇ ਕਿਹਨੂੰ ਭਰਾਇਆ ਵਾ। ਆ ਵੇਖੋ ਜੀ ਮੂੰਹ ਵੀ ਆਉਂਦਾ ਇਹਦਾ। ਹਾਂਜੀ ਹਾਂਜੀ, ਹਾਂ, ਪਿਓਰ ਜਰਸੀ ਆ ਜੀ, ਨਿਗਾਹ ਜਿਹਾ ਮੂੰਹ ਆ। ਹਾਂਜੀ ਹਾਂਜੀ, ਬਾਕੀ ਬੈਡ ਉਹੋ ਜੀ, ਉਹੋ ਜਿਹਾ ਸ਼ੁਕਰ ਖਾਨਾ ਨਹੀਂ ਹੈਗਾ। ਠੀਕ ਹੈ ਜੀ, ਹਾਂ, ਲਿਆ ਖੋਲੋ ਫਿਰ ਵੀਰ ਜੀ, ਤੋਰ ਦੀਏ ਕਰੀ ਨੂੰ। ਬਾਕੀ ਸੋਹਣੀ ਵੈੜ ਆ, ਝੱਬੂ ਦਾ ਥੋੜ੍ਹਾ ਜਿਹਾ ਕਰਦੀ ਆ। ਬਾਕੀ ਥਾਂ ਥੂਣ ਵਿਖਾਓ ਕਿਹੜੇ ਕਿਹੜੇ ਹੋਣੇ ਥਾਣੇ ਦੇ, ਤੁਹਾਨੂੰ ਦਿਖਾ ਦਿੰਦੇ ਹਾਂ। ਲੈ ਆ ਵੀਰ ਜੀ, ਫਿਰ ਆ ਥਾਂ ਵਿਖਾਓ ਇੱਕ, ਕਿਹੜਾ ਕਿਹੜਾ ਥਾਂ ਬਣਾਉਗੀ ਵਧੀਆ ਥਾਂ? ਇਹਦੇ ਹੁਣ ਤਾਂ ਇੱਕ ਵਾਰੀ ਦੇਖ ਸਕਦੇ, ਲਾਗੇ ਤੋਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਸਕਦੇ। ਬਾਕੀ ਫੀਲ ਠੰਡੀ ਜੇ ਵੇਖ ਲਓ, ਆ ਥਾਂ ਵੇਖੋ ਕਿਹੜਾ ਕਿਹੜਾ, ਆ ਦੇਖ ਸਕਦੇ ਥਾਣਾਂ ਦਾ ਸਾਈਜ਼ ਤੇ ਗੈਪ ਹੁਣ ਤੋਂ ਝੋਲੀ ਜਿਹੜੀ ਹੁਣ ਸੋਹਣੀ ਆ ਥੱਲੇ ਹੁਣ ਤੋਂ ਹੀ। ਦੰਦ ਵੀਰ ਜੀ ਦਿਖਾ ਦਈਏ ਇਹਦੇ, ਫਿਰ ਕੋਈ ਭੰਨਿਆ ਨਹੀਂ ਖੀਰੀ ਹਲੇ, ਆ ਦੇਖ ਸਕਦੇ ਪਿਓਰ ਖੀਰੀ ਆ ਜਿਹੜੀ, ਹਲੇ ਹਲੇ ਹੈਗੀ 14 ਮਹੀਨਿਆਂ ਦੀ ਆ ਜੀ ਖੀਰੀ। ਠੀਕ ਹੈ ਜੀ, ਲੈ ਜਾਓ ਜੀ, ਤੇ ਟੀਕਾ ਜਿਹੜਾ ਇਹਨੂੰ ਅੱਜ ਭਰਾਤਾ ਵਾ। ਅਤੇ ਵੀਡੀਓ ਜਿਹੜੀਆਂ ਵੀਰ ਜੀ ਉਹਨਾਂ ਨੇ ਸਾਰਿਆਂ ਦੀਆਂ ਬਣਾਈਆਂ ਵਾ, ਉਹ ਵੀ ਕੋਈ ਵੀਰ ਮੰਗਵਾ ਸਕਦਾ ਹੈ, ਗਾਂ ਦੀ ਵੀ ਅਤੇ ਵੱਛੀ ਦੀ ਵੀ। ਇਹਦਾ ਕੀ ਮੁੱਲ ਜੀ ਵੀਰ ਜੀ? ਫਿਰ ਮੁੱਲ ਤਾਂ ਵੀਰ ਜੀ ਇਹਦਾ 10,000 ਹੀ ਕਰੀ ਜਾਂਦੇ ਹਾਂ। ਅੱਛਾ, ਬਾਕੀ ਕੋਈ ਨਹੀਂ ਕਰ ਲਾਂਗੇ। ਅੱਛਾ, ਮਾਨ ਤਾਂ ਹੋ ਜਾਊਗਾ ਮੌਕੇ ਤੇ, ਕੋਈ ਦੇ ਹੀ ਦੇਣੇ ਆਪਾਂ ਕਿਹੜੇ ਰੱਖਣੇ ਆ, ਕੋਈ ਭੈਣ ਭਰਾ ਫੋਨ ਲਾਵੇ ਇੱਕ ਵਾਰੀ, ਫੋਨ ਜ਼ਰੂਰ ਲਾਵੇ, ਹੈ ਨਾ, ਅਤੇ ਜਿਹੜਾ ਕੋਈ ਡੰਗਰ ਪਸੰਦ ਆ ਕੋਈ ਨਹੀਂ, ਮਾਨ ਤਾਂ ਕਰਾਂਗੇ। ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਸ ਜੀ ਮੈਂ ਇਹੋ ਹਰ ਵਾਰੀ ਆਉਂਦਾ ਨਾ ਵੀ ਤਸੱਲੀ ਕਰਕੇ ਖੜੋ। ਹਾਂਜੀ ਹਾਂਜੀ, ਆਪਣੀ ਬੇਨਤੀ ਹੁੰਦੀ ਆ, ਗਾਂ ਚੈੱਕ ਕਰਾਈ ਆ, ਹਾਂਜੀ, ਕੋਈ ਆਪਣੀ ਤਸੱਲੀ ਕਰਾ ਸਕਦਾ ਫਿਰ ਚੈੱਕ ਕਰਾ ਸਕਦਾ ਵਾ। ਠੀਕ ਹੈ ਜੀ, ਹਾਂ, ਉਹ ਤਾਂ ਨੇਪਣੀ ਕੁਛ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ, ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ 3 ਵਕਾਓ ਕੀਤੇ ਆ,
ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚਾਹ ਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।